ਸਾਨੂੰ ਸਦਰ ਚ ਤਿੰਨ ਦੋਸ਼ੀ ਅਸੀਂ ਫੜੇ ਉਹਦੇ ਚ ਸਾਨੂੰ ਤਿੰਨ ਪਿਸਟਲ ਔਰ 44 ਜ਼ਿੰਦਾ ਰਾਊਂਡ ਬਰਾਮਦ ਹੋਏ ਔਰ ਜਿਹੜਾ ਸਿਟੀ 2 ਚ ਸਾਨੂੰ 3 ਕਿਲੋ ਅਫੀਮ ਦੀ ਕਮਰਸ਼ੀਅਲ ਐਂਡੀਪੀਐਸ ਦੀ ਰਿਕਵਰੀ ਹੋਈ ਹੈ ਇਹਦੀ ਡਿਟੇਲ ਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਸਦਰ ਖੰਨੇ ਦਾ ਮੈਟਰ ਹੈ ਉਹਦੇ ਚ 25 ਮਾਰਚ ਨੂੰ ਜਿਹੜਾ SHO ਥਾਣਾ ਸਦਰ ਹੈ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਦੋ ਵਿਅਕਤੀ ਇੱਕ ਦਾ ਨਾਂ ਵਰੁਣ ਸੂਰੀ ਔਰ ਦੂਜਾ ਅਮਨਦੀਪ ਸਿੰਘ ਖੁਰਾਨਾ ਇਹ ਦੋਨੋਂ ਲੁਧਿਆਣਾ ਦੇ ਰਹਿਣ ਵਾਲੇ ਨਜਾਇਜ਼ ਅਸਲਾ ਕੈਰੀ ਕਰ ਰਹੇ ਅਤੇ ਉਹ ਇਹ ਦੋਨੋਂ ਮੁੰਡੇ ਫੋਰਚੂਨਰ ਗੱਡੀ 'ਚ ਖੰਨਾ ਤੋਂ ਲੁਧਿਆਣਾ ਵੱਲ ਨੂੰ ਆ ਰਹੇ ਸੀਗੇ ਅਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅਤੇ ਫਿਰ SHO ਸਦਰ ਨੇ FIR ਨੰਬਰ 54 25 ਮਾਰਚ 2023 ਨੂੰ ਅੰਡਰ ਆਰਮਸ ਐਕਟ ਰਜਿਸਟਰ ਕੀਤਾ ਅਤੇ ਦੌਰਾਨੇ ਤਫਤੀਸ਼ ਜਿਹੜਾ ਚੌਂਕੀ ਇੰਚਾਰਜ ਹੈ ਕੋਰਟ ਉਹਦੇ ਵੱਲੋਂ ਨਾਕਾਬੰਦੀ ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦੀ ਸਰਚ ਜਿਹੜਾ ਵਰੁਣ ਸੂਰੀ ਹੈ ਉਹਦੇ ਤੋਂ ਇੱਕ ਪਿਸਟਲ ਬਰਾਮਦ ਹੋਈ 32 ਬੋਰ ਉਹਦੇ ਨਾਲ 2 ਲਾਈਵ ਰਾਊਂਡਸ ਅਤੇ ਜਿਹੜਾ ਅਮਨਦੀਪ ਸਿੰਘ ਹੈ ਉਸ ਤੋਂ ਮੌਕੇ 'ਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਸੀ ਅਤੇ ਡਿਊਰਿੰਗ ਫਰਦਰ ਇਨਵੈਸਟੀਗੇਸ਼ਨ ਜਿਹੜਾ ਅਮਨਦੀਪ ਖੁਰਾਨਾ ਇਸ ਪਾਸੋਂ ਇੱਕ ਪਿਸਟਲ 32 ਬੋਰ ਔਰ 40 ਲਾਈਵ ਰਾਊਂਡਸ ਬਰਾਮਦ ਕੀਤੇ ਗਏ ਸੀ ਅਤੇ ਇਸੇ ਤਰ੍ਹਾਂ ਅਸੀਂ ਤਫਤੀਸ਼ ਨੂੰ ਜਾਰੀ ਕੀਤਾ ਅਤੇ ਸਾਨੂੰ ਦੌਰਾਨੇ ਤਫਤੀਸ਼ ਪਤਾ ਲੱਗਿਆ ਕਿ ਜਿਹੜੇ 32 ਬੋਰ ਦੇ ਪਿਸਟਲ ਔਰ 44 ਲਾਈਵ ਰਾਊਂਡਸ ਹੈ ਇਹ ਇੱਕ ਦੀਪਕ ਕੁਮਾਰ ਉਰਫ ਦੀਪੂ ਜਿਹੜਾ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ ਇਹਦੇ ਤੋਂ ਇਹਨਾਂ ਨੇ ਇਸ ਤੋਂ ਲੈ ਕੇ ਆਏ ਸੀ ਅਤੇ ਅਸੀਂ 29 ਮਾਰਚ ਨੂੰ ਜਿਹੜਾ ਇਹ ਦੀਪਕ ਕੁਮਾਰ ਉਰਫ ਦੀਪੂ ਹੈ ਇਹਨੂੰ ਇਸ ਪਰਚੇ 'ਚ ਨਾਮਜ਼ਦ ਕੀਤਾ ਅਤੇ ਅਸੀਂ ਐਜ਼ ਪਰ ਲਾਅ ਇਹਦੇ ਵਾਰੰਟ ਅਰੈਸਟ ਦੇ ਗ੍ਰਿਫਤਾਰੀ ਵਾਰੰਟ ਹਾਸਲ ਕੀਤੇ ਅਤੇ ਇਹਨੂੰ 2 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਅਤੇ ਜਿਹੜਾ ਦੀਪੂ ਹੈ ਇਸ ਪਾਸੋਂ ਵੀ ਸਾਨੂੰ ਇੱਕ ਪਿਸਟਲ 32 ਬੋਰ ਬਰਾਮਦ ਹੋਈ ਹੈ ਔਰ ਫਿਲਹਾਲ ਇਹ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਹੈ ਅਸੀਂ ਇਹਦੇ 'ਚ ਵੈਰੀਫਾਈ ਕਰ ਰਹੇ ਕਿ ਹੋਰ ਕਿਹੜਾ ਇਸ ਜਿਹੜਾ ਆਮ ਸਮਗਲਿੰਗ ਦਾ ਸਾਰਾ ਕਿੱਸਾ ਇਹਦੇ 'ਚ ਕੌਣ ਹੋਰ ਇਨਵੋਲਵ ਹੋ ਸਕਦਾ ਸੋ ਇਸ ਕੇਸ 'ਚ ਸਾਨੂੰ ਟੋਟਲ 3 ਪਿਸਟਲਸ 32 ਬੋਰ ਔਰ 44 ਜ਼ਿੰਦਾ ਰਾਊਂਡ ਬਰਾਮਦ ਹੋਏ ਔਰ ਜਿਹੜੀ ਫੋਰਚੂਨਰ ਗੱਡੀ ਹੈ ਉਹ ਵੀ ਸਾਡੇ ਕੋਲ ਹੈਗੀ ਹੈ ਅਤੇ ਇਸ ਕੇਸ 'ਚ ਜਿਹੜਾ ਵਰੁਣ ਸੂਰੀ ਹੈ ਲੁਧਿਆਣੇ ਦਾ ਇਹਦਾ ਪ੍ਰਾਇਰ ਕ੍ਰਿਮੀਨਲ ਬੈਕਗਰਾਊਂਡ ਹੈ ਇਹਦੇ 'ਤੇ ਇੱਕ ਐਕਸਾਈਜ਼ ਦਾ ਪਰਚਾ ਹੋਇਆ ਸੀ 2021 'ਚ ਸਦਰ ਫਗਵਾੜੇ 'ਚ ਅਤੇ ਜਿਹੜਾ ਦੂਸਰਾ ਕੇਸ ਹੈ ਉਹ ਨਹੀਂ ਜੀ ਇਹ ਤਾਂ ਸਾਡੇ ਤਫਤੀਸ਼ 'ਚ ਨਹੀਂ ਆਇਆ ਅਸੀਂ ਤਾਂ ਇਹਨੂੰ ਸ਼ੱਕ ਦੇ ਬਿਨਾਂ 'ਤੇ ਰਾਊਂਡ ਅਪ ਕੀਤਾ ਅਤੇ ਇਹਨਾਂ ਤੋਂ ਇਹ ਰਿਕਵਰੀ ਹੋਈ ਹੈ ਉਹ ਜੀ ਅਸੀਂ ਹੁਣ ਤਫਤੀਸ਼ 'ਚ ਦੇਖਦੇ ਹਾਲੇ ਤੱਕ ਤਾਂ ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਜੇ ਕੁਛ ਆਉਂਦਾ ਤਾਂ ਅਸੀਂ ਤੁਹਾਡੇ ਨੋਟਿਸ 'ਚ ਲੱਗ ਫਿਲਹਾਲ ਜੀ ਸਾਡੀ ਰਿਮਾਂਡ 'ਚ ਹੈਗਾ ਲੈਟਸ ਸੀ ਕੋਈ ਇੱਦਾਂ ਦੀ ਗੱਲ ਪਤਾ ਲੱਗਦੀ ਹੈ ਤਾਂ ਹੁਣ ਤੱਕ ਤਾਂ ਇੱਦਾਂ ਕੁਛ ਸਾਹਮਣੇ ਨਹੀਂ ਆਇਆ